सत श्री अकाल जी, तुसी सारे देख रहे हो चैनल मिस्टर एंड मिसिज धनोआ। सो तुहानू पता ही आपां पार्ट 1, 2, 3 चल रहे अपना लेह लद्दाख ट्रिप दा बाय रोड। सो अज गल करन जा रहे आपां 0 पॉइंट दी। सो हुण कश्मीर तो असी निकल गए सी होटल चैकआउट करके डल लेक तो बाद, तो हुण जा रहे आपां 0 पॉइंट नूं। तुसी वैदर देखो किन्ना सोहना, बदल एकदम क्लीयर, बहुत ही वैदर तो मतलब भी बहुत ज़्यादा क्लीयर है, तुम देख सकते हो सारे सारे। एक चीज़ होर इतने सारे जिन्हें भी सिम वगैरह चलते हैं पोस्टपेड ही चलते हैं। सो हुण पहुँच गए असी 0 पॉइंट के बिल्कुल नेड़े। सो देखो इतने बहुत ही ज़्यादा बर्फ होंगी है, 24 घंटे इतने बर्फ रही है, बहुत ही ज्यादा इतने टूरिस्ट आया हूं बड़ी गिनती च। सो असी एक छोटा जा गुड्डा बनाया सीगा बर्फ का सारे ने रल मिल के, इन्नी ज्यादा ठंड है मतलब हाथ सुन्न हो गए सीगे। मेरे को बोला था दे दो गाड़ी चाहिए मेरे को, पूरा एंजॉय किया असी, असी ओदे भी लेने। इसके बाद ओ सर चल बस। सो असी ये राइड भी करी सकी स्केटिंग, आ जाओ आ जाओ ऊपर नु, आ जाओ जल्दी। ये जे कर तुसी मूरे लाओ ता थानू बहुत ज्यादा कॉस्टली दसदे आ, जे तुसी पीछे आके करो ये चीज ता वो लोकल बंदे जेड़े फिरदे हुंदे आ फट्टियां जी लईए बहुत ही सस्ते रेट च कर देने। असी पूरा बर्फ नाल इंजॉय करिया, एक दूजे दे बर्फ गोला मार मार के। तुम देख रहे हो फुल इंजॉयमेंट चल रहा साडा, पैर बड़े तिलकते सीगे इत्थे, मैं काफ़ी बार गिरिया पर साडा इंजॉयमेंट नहीं सीगा रुकदा, इन्नी ज़्यादा एक्साइटमेंट सी। लो जी हुण आपां अखीर च पहुँच गए हैं लेह लद्दाख, लेह सिटी ਦੇ ਵਿੱਚ ਪਹੁੰਚ ਗਏ ਆ ਪੂਰਾ। ਤੇਰਾ ਬੈਟਰੀ ਦੇਖੀ ਨਹੀਂ ਬਣਾਇਆ ਤਾਂ ਉਹਨਾਂ ਨੇ। ਸੋ ਲੇ ਸਿਟੀ ਦੇਖੋ ਜੀ ਬੜੀ ਸੋਹਣੀ ਹੈ। ਤੂੰ ਵੀ ਤਾਂ ਦੱਸਿਆ ਤਾਂ ਕਹਿੰਦਾ ਮੁੜ ਕੇ ਦੇਖੀ ਜਾਂਗੇ ਟਾਈਮ 'ਚ ਬਣਾਈਆਂ ਹੋਈਆਂ ਚੀਜ਼ਾਂ ਵੀ ਕਿ ਉਦਾਂ ਦੀ ਸਿਟੀ ਹੈ, ਮਾਰਕੀਟ ਬੜੀ ਪਿਆਰੀ ਹੈ। ਦੇਖ ਕਿੰਨੀ ਸੋਹਣੀ ਬਣਾਈ ਹੈ। ਅੱਛਾ ਇੱਕ ਬੜਾ ਚੱਕਰ ਪੈਂਦਾ ਵਨ ਵੇ ਦਾ, ਅਸੀਂ ਕਈ ਵਾਰ ਰੌਂਗ ਸਾਈਡ ਹੀ ਫਸ ਜਾਂਦੇ ਸੀਗੇ। ਸੋ ਇਹ ਮੈਗਨੈਟਿਕ ਹਿੱਲ ਦੇ ਕੋਲ ਏਰੀਆ ਪੈਂਦਾ, ਖਾਲੀ ਕਾਫੀ ਸਾਰਾ ਖਾਲੀ ਏਰੀਆ। ਇਹ ਹੈਗਾ ਜੀ ਸੰਗਮ ਪੁਆਇੰਟ, ਇੱਥੇ ਦੋ ਰਿਵਰਸ ਆ ਕੇ ਮਿਲਦੀਆਂ। ਇਹ ਦੇਖੋ ਤੁਸੀਂ ਦੇਖ ਰਹੇ ਹੋ ਵੀ ਪਿੱਛੇ ਆਫ ਰੋਡਿੰਗ ਨੂੰ ਵੀ ਕਾਫੀ ਸਾਰੇ ਟਰੈਕ ਬਣੇ ਹੋਏ ਨੇ। ਸਭ ਤੋਂ ਮੇਨ ਥਿੰਗ ਜੋ ਲੋਕ ਬਹੁਤ ਸਾਰੇ ਦੇਖਣ ਜਾਂਦੇ ਆ ਇਹ ਹੈਗੀ ਹੈ ਮੈਗਨੈਟਿਕ ਹਿੱਲ। ਇਹ ਸਾਡੀ ਗੱਡੀ ਬਿਨਾਂ ਗੇਅਰ ਤੋਂ ਬਿਨਾਂ ਬ੍ਰੇਕ ਤੋਂ ਆਪਣੇ ਆਪ ਚੜ੍ਹਾਈ ਵੱਲ ਨੂੰ ਮੈਗਨੈਟਿਕ ਹਿੱਲ ਆਪਣਾ ਇਫੈਕਟ ਦਿਖਾਉਂਦੀ ਹੈ, ਆਪਣੇ ਆਪ ਗੱਡੀ ਖਿੱਚਦੀ ਹੈ। ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਪ੍ਰੋਪਰ। ਇਹ ਹੈਗਾ ਗੁਰਦੁਆਰਾ ਪੱਥਰ ਸਾਹਿਬ ਦਾ ਲੰਗਰ ਹਾਲ, ਇੱਥੇ ਅਸੀਂ ਪ੍ਰਸ਼ਾਦਾ ਵੀ ਛਕਦੇ ਸੀਗੇ ਅਤੇ ਸੇਵਾ ਵੀ ਕਰਾਉਂਦੇ ਸੀਗੇ। ਇੱਕ ਹੋਰ ਚੀਜ਼ ਇੱਥੇ ਜਿੰਨੇ ਗੁਰਦੁਆਰੇ ਸਾਰਿਆਂ 'ਚ ਸਿੱਖ ਰੈਜੀਮੈਂਟ ਮੋਸਟਲੀ ਸੇਵਾ ਨਿਭਾਉਂਦੀ ਆ। ਸੋ ਇਹ ਗੁਰਦੁਆਰਾ ਪੱਥਰ ਸਾਹਿਬ ਦਾ ਮੇਨ ਜੋ ਇਤਿਹਾਸਿਕ ਪੱਥਰ ਹੈ, ਗੁਰੂ ਨਾਨਕ ਦੇਵ ਜੀ ਨੇ ਪਿੱਠ ਲਾ ਕੇ ਰੋਕਤਾ ਸੀਗਾ, ਉਹ ਇਹ ਪੱਥਰ ਹੈ, ਤੁਸੀਂ ਦਰਸ਼ਨ ਕਰ ਸਕਦੇ ਹੋ। ਅਤੇ ਇੱਕ ਇਹ ਲਿਖਿਆ ਹੋਇਆ ਪਹਾੜ 'ਤੇ ਚੜ੍ਹਦੀ ਕਲਾ ਬਾਬੇ ਨਾਨਕ ਦੀ। ਸੋ ਇਸ ਜਿਹੜਾ ਪਹਾੜ ਹੈ ਇਹ ਇਸ 'ਤੇ ਰਾਕਸ਼ਸ ਨੇ ਪੱਥਰ ਗੇਰਿਆ ਸੀਗਾ, ਉੱਤੋਂ ਉਹ ਉਸ ਪੁਆਇੰਟ ਤੋਂ ਗੇਰਿਆ ਸੀਗਾ। ਉੱਥੇ ਵੀ ਦੇਖਣ ਜਾਂਦੇ ਬਹੁਤ ਸਾਰੇ ਲੋਕ, ਉਹ ਨੀਚੇ ਆ ਕੇ ਉਹ ਰੁਕ ਗਿਆ ਸੀ। ਲਓ ਜੀ ਕਰੋ ਦਰਸ਼ਨ ਗੁਰਦੁਆਰਾ ਪੱਥਰ ਸਾਹਿਬ ਦੇ। ਵੈਦਰ ਬਹੁਤ ਸੋਹਣਾ ਸੀਗਾ, ਬਹੁਤ ਠੰਡੀ ਠੰਡੀ ਹਵਾ ਚੱਲਦੀ ਸੀਗੀ ਅਤੇ ਆਲੇ ਦੁਆਲੇ ਪੂਰਾ ਦੂਰ ਦੂਰ ਤੱਕ ਖਾਲੀ ਹੈ। ਲਓ ਜੀ ਦੇਖੋ ਲੇਹ ਸਿਟੀ ਦੀ ਮਾਰਕੀਟ, ਇਹ ਚਾਈਨੀਜ਼ ਟਾਈਪ ਬਹੁਤ ਹੁੰਦੀ ਆ ਉੱਥੇ। ਅਤੇ ਇਹ ਹੈਗਾ ਜੀ ਮਿਊਜ਼ੀਅਮ। ਤਾਂ ਨੈਕਸਟ ਵਲੌਗ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ।